सत श्री अकाल सारण के चस वक्त गल पता रोमांचिक मियंकू सीरीज दे वच यार नहीं पता नहीं की मैं दाढ़ी कट दे कहना कट देना मैं किन्ने नंबर मशीन लानी कहना मैं तीन नंबर मशीन ला दे कहना मुस्टैश मैं थोड़े थोड़े कट दे लिटल बिट और नींद ही मशीन ला दी पता नहीं की करते है अज तो पाँच साल पहले मैं इदा हों हूँ भी इदा ही है मतलब बाल ही वढ़ देंदे नहीं समझाने औखा हो जाता एक तो पर काम एक नंबर करते हैं सो जे समझा दी उन्होंने तो पतलियां कर लग्या जमा जिमें चलती ना यूके जो पतली पतली मुछा आए इतने मशीन ला के चक्कर लगे सारियाँ ऐ कर लग्या सोने रंगीए नहीं सोना मैं खा नहीं करनी भरा पक्ष दे आओ शुरू करिए रोमांचिक प्रोग्राम अज आप दिवाली तक किया फुल इंजॉय किन्नी तरीक न मैं रोमांचिक प्रोग्राम बनाई आना अज तरीक हैगी है सत्त इतनी चक्कर लाने हल सोचने की लड़ है इन्ना ये चीज़ें थोड़ी दिमाग लाइद हों चल जिनी तरीक नी बना रहा मैं उपरावा कि 8 तरीक न मैं रोमांचिक प्रोग्राम बनाई मतलब 9 आ गया मेरा रोमांचिक प्रोग्राम है ना ये दिवाली सी कत्ती की 8 दिन बाद आया शुक्र है तेरा होली तो व्लॉग नहीं आया नहीं दिया टाइम ना पाया कर 8 दिन की एडिटिंग करता रहा तू कह काजल ना ही घूमन च बिजी सी काजल हैगी ब्लॉक के आओ चलीए फिर इंजॉय कर चलीए हाँ जी मित्रों कि जे ठीक जे ठीक जे तू चल अगो की जे ठीक जे अरे वीर भरा भैणां नूं मुबारकां दिवाली दियां मौलिक तेरा जिंदगी च सुपना की है मैं घरे आके सोन तो सिवा इत्थे ही हुंदा ਇਹਨੂੰ ਆਪਦਾ ਘਰ ਨਹੀਂ ਪਸੰਦ ਆਪਦੀ ਮਾਸੀ ਨੂੰ ਘਰ ਵੇਚ ਕੇ ਕਿਤੇ ਹੋਰ ਲਓ ਕਮਾਂਡੋ ਵਾਲੀ ਕੀ ਕਮਾਂਡੋ ਕਮੁੰਡੋ ਆ ਕੀ ਹੈ ਮਾਫੀਆ ਚੋ ਇਹ ਭਾਈ ਮਾਫੀਆ ਖਤਮ ਕਰਨਾ ਚਾਹੀਦਾ ਗੇਮ ਚ ਉਹ ਅਸਲੀ ਤਾਂ ਕਿੱਥੋਂ ਕਰ ਲਓਗੇ ਬਹੁਤ ਸਾਧੂ ਬੰਦੇ ਹੈਗੇ ਸਾਰੇ ਤੇ ਹਾਂ ਮੋਲਿਕ ਲੈ ਤੂੰ ਇਹਨੂੰ ਜੱਫੀ ਪਾ ਕੇ ਪੈਣਾ ਕਿ ਤੂੰ ਇਹਦੀਆਂ ਪੱਪੀਆਂ ਲੈਣੀਆਂ ਨਾ ਗੱਲ ਕਈ ਕਈ ਘਰ ਦੇ ਵੀ ਇਦਾਂ ਦੇ ਹੁੰਦੇ ਵਿਹਲੇ ਜੇ ਜਵਾਕਾਂ ਨੂੰ ਤੰਗ ਕਰੀ ਜਾਣਗੇ ਵਿਹਲੇ ਬਣਾ ਜਾ ਕੰਮ ਕਰਿਆ ਇਹ ਉਦਾਂ ਦਾ ਹੀ ਹੈ ਹਾਂ ਮੋਲਿਕ ਨਾਲ ਹੱਲ ਤੁਹਾਡੀ ਸਾਬਣ ਖੁਰਦੀ ਵੀ ਬਾਥਰੂਮ 'ਚ ਪਈ ਅਗਲਾ ਜਦੋਂ ਮਰਜ਼ੀ ਨਾ ਆਵੇ ਤੂੰ ਕਿਹੜਾ ਦਿਨ ਰੀਲਾਂ ਪਾਣੀਆਂ ਕਾਜਲ ਨਾਲ ਹੀ ਪਾਣੀਆਂ ਤੂੰ ਨਹਾ ਕੇ ਕਾਜਲ ਨੇ ਇਹਨੂੰ ਜੱਫੀਆਂ ਪਾਣੀਆਂ ਮੌਲਿਕ ਨਾਲ ਆ ਬੇਇੱਜ਼ਤੀ ਕਰਾਏਗਾ ਮੇਰੀ ਵੀ ਕੀ ਬਣਿਆ ਮੁੰਡਾ ਸੱਟਾਂ ਲੱਗੀਆਂ ਗੋਡੇ ਗੋ ਓਏ ਹੋਏ 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 ਕੀ ਲੱਗਿਆ ਤੇਰਾ ਭਲਾ ਹੋ ਜੇ ਤੇ ਚਲੋ ਯਾਰ ਬਾਕੀ ਬੱਚਾ ਹੋ ਦੇਖਿਓ ਬਾਕੀ ਇਹੀ ਥੋੜੀ ਦੇਰ ਤੱਕ ਚੱਲ ਜਾਣਾ ਵਾ ਕਰਾਂ ਜਾਈ ਭੋਰੇਗਾ ਫਿਰ ਤਾਂ ਨਹੀਂ ਵੇਖਦਾ ਮੈਂ ਕਹਿੰਦਾ ਕਿ ਥੋੜੀ ਦੇਰ ਤੱਕ ਨਿਕਲ ਜੇ ਹੱਲੇ ਮੜਾ ਯਾਰ ਕੰਮ ਗਿਆ ਕਿਤੇ ਉਸ ਤੋਂ ਬਾਅਦ ਕਹਿੰਦਾ ਫੋਨ ਮਾਰ ਦਾਂਗਾ ਤੂੰ ਕੰਮ ਗਿਆ ਕਿਤੇ ਕਾਜਲ ਨਾਲ ਘੁੰਮਦਾ ਫਿਰਦਾ ਅਜੇ ਪੰਗੂ ਪੰਗੂ ਅਤੇ ਮੈਂ ਕਹਿੰਦੀ ਰੀਲਾਂ ਤੂੰ ਨਹੀਂ ਪਾਈਆਂ ਜਿੰਨੀਆਂ ਪੰਗੂ ਪਾਈ ਜਾਂਦਾ ਕਾਜਲ ਨਾਲ ਇਹ ਤਾਂ ਯਾਰ ਵੈਰੀ ਡਿਸਗਸਟਿੰਗ ਹੈ ਮੈਂ ਤਾਂ ਮਿਲਾਇਆ ਸੀ ਪੰਗੂ ਨੂੰ ਪੰਗੂ ਦਾ ਵਿਆਹ ਆ ਗਿਆ ਹੁਣ ਗਲਤ ਗੱਲ ਇੱਦਾਂ ਨਹੀਂ ਹੋਣਾ ਚਾਹੀਦਾ ਮੇਰੇ ਵੀ ਸਰਕਲ 'ਚ ਸੀ ਕੋਈ ਮੁੰਡਾ ਜਿਵੇਂ ਹੁੰਦਾ ਨਾ ਮੁੰਡੇ ਕੁੜੀਆਂ ਦੀ ਗੱਲਬਾਤ ਹੁੰਦੀ ਉੱਦਾਂ ਹੀ ਉਹ ਪੁਰਾਣੇ ਟਾਈਮ ਦੇ ਆਸ਼ਕ ਸੀਗੇ ਵਿਚਾਰੇ ਉਹ ਡਰਦਾ ਸੀ ਆਪਦੀ ਸਹੇਲੀ ਨੂੰ ਕੁਛ ਨਾ ਕੁਛ ਚੀਜ਼ ਫੜਾਉਣ ਤੋਂ ਕੁਛ ਵੀ ਕਰਨ ਤੋਂ ਨਾ ਮੈਂ ਯਾਰ ਕਹਿੰਦਾ ਮੇਰੀ ਸਹੇਲੀ ਨੂੰ ਮੈਂ ਘੜੀ ਫੜਾਉਣੀ ਹੈ ਉਹਦਾ ਬਰਥਡੇ ਹੈ ਗਿਫਟ ਦੇਣਾ ਅਤੇ ਉਵੇਂ ਸਿਖਰ ਦੁਪਹਿਰੇ ਜਿਵੇਂ 1-2 ਵਜੇ ਦੁਪਹਿਰੇ ਸੁਣੀਆਂ ਗਲੀਆਂ ਹੁੰਦੀਆਂ ਸਾਹਮਣੇ ਖੜੀ ਸਕੂਟਰੀ 'ਤੇ ਫੜਾ ਨਹੀਂ ਜਾਏਗਾ ਉਹਨੂੰ ਐਂ ਕੋਈ ਕੈਮਰੇ ਕੁਮਰੇ 'ਚ ਨਾ ਕੋਈ ਲੋਕ ਨਾ ਵੇਖ ਲੈਣ ਮੇਰੀ ਬੇਇੱਜ਼ਤੀ ਹੋ ਜੂਗੀ ਮੈਂ ਤਕੜੇ ਘਰਾਣੇ ਦੇ ਮੁੰਡਾ ਉਹਨੇ ਆਪਦੇ ਦੋਸਤ ਨੂੰ ਭੇਜਦਾ ਕਹਿੰਦਾ ਯਾਰ ਤੂੰ ਫੜਾਇਆ ਮਾੜਾ ਜਾ ਕੇ ਕੋਈ ਨਾ ਲੰਘਦਾ ਫੜਾ ਕੇ ਗਾਂਹ ਟੱਪ ਜੀ ਅਤੇ ਉਹ ਤੁਰ ਕੇ ਗਿਆ ਅਤੇ ਫੜਾਇਆ ਜਿਹੜਾ ਫੜਾ ਕੇ ਆਇਆ ਸੀ ਅੱਜ ਕੁੜੀ ਉਹਦੇ ਨਾਲ ਗੱਲ ਕਰਦੀ ਹੁਣ ਮੈਂ ਉਹਨੂੰ ਪੁੱਛਦਾ ਮੈਂ ਕਿਹਾ ਤੇਰਾ ਵਿਆਹ ਆਇਆ ਨਾ ਬੋਲੀਆਂ ਕਿਵੇਂ ਪਾਊਗਾ ਜਿਹਦੀ ਟੁੱਟੀ ਹੈ ਚਲੋ ਐ ਯਾਰ ਯਾਰ ਮਾਰੋ ਗਈ ਇਹ ਵੀ ਕੋਈ ਹਿਸਾਬ ਇੱਥੇ ਹੈ ਆਪਾਂ ਥੋੜਾ ਕਿਤੇ ਹੋਰ ਜਾਵਾਂਗੇ ਅੱਜ ਵੀਡੀਓ ਵਗੈਰਾ ਬਣਾਉਣ ਬਾਕੀ ਲਾਈਕ ਕਰਦੇ ਹੋ ਤਾਂ ਚੈਨਲ ਸਬਸਕ੍ਰਾਈਬ ਕਰਦੇ ਹੋ ਹੁਣ ਤੁਹਾਨੂੰ ਉੱਥੇ ਜਾ ਕੇ ਚੱਲ ਲਓ ਵੀ ਮਿੱਤਰੋ ਪਲੇ ਬਟਨ ਨਹੀਂ ਬਾਥਰੂਮ ਵਾਲੀ ਕੰਨ ਤੇ ਟੰਗਿਆ ਹੋਇਆ ਨਹੀਂ ਦਾ ਕਿ ਉਹ ਲੋਬੀ ਲੋਬੀ ਜਿਹਾ ਲਾ ਪਤਾ ਲੱਗਦੇ ਲੰਘਦੇ ਟੱਪਦੇ ਨੂੰ ਦੱਸ ਚਲੋ ਅੱਲ ਮੈਂ ਕਿ ਯਾਰ ਮਸ਼ਹੂਰੀਆਂ ਬਹੁਤ ਆਉਂਦੀਆਂ ਹਮਾਨੀ ਕਿੱਥੇ ਆ ਹਮਾਨੀ ਦਾ ਮਹੀਨਾ ਹੋ ਗਿਆ ਵਲੋਗ ਹੀ ਨਹੀਂ ਆਇਆ ਮਿਅੰਕ ਕਿਤੇ ਫਿਰ ਤਾਂ ਨਹੀਂ ਬੋਤਲ ਬੋਤਲ ਮਾਰਿਆ ਉਹਨਾਂ ਦੇ ਘਰ ਦੇ ਬਾਹਰ ਹੋਰ ਕਿਤੇ ਕਲੇਸ਼ 'ਚ ਭੱਜੇ ਫਿਰਦੇ ਹੁਣ ਕਮਾਲ ਦੀ ਗੱਲ ਆ ਹਮਾਨੀ ਰੀਲ ਪਾਈ ਮੈਂ ਤੇਰੇ ਨਾਮ ਦਾ ਦੀਵਾ ਬਾਲਾਂਗੀ ਲਾਸ਼ 'ਤੇ ਏ ਯਾਰ ਪਤਾ ਨਹੀਂ ਉਹ ਇਹ ਮੋਮਬੱਤੀਆਂ ਬਾਲਦਾ ਫਿਰਦਾ ਕਾਜਲ ਨਾਲ ਉਹ ਦੀਵੇ ਬਾਲਣ ਨੂੰ ਫਿਰਦੀ ਹੈ ਫਿਰ ਕਹੂਗਾ ਮੈਨੂੰ ਪਨੀਰ ਪਿਆਰਾ ਨਹੀਂ ਗਾ ਲਓ ਵੀ ਮਿੱਤਰੋ ਆਪਾਂ ਸਾਰੇ ਜਣੇ ਇਕੱਠੇ ਹੋ ਗਏ ਦੇ ਆਲ ਵੀਡੀਓ ਬਣਾਉਣ ਵਾਸਤੇ ਤੇ ਆਪਾਂ ਅੱਜ ਜਾਣਦੇ ਕਿ ਹੋ ਲੋਕੇਸ਼ਨ ਤੇ ਆਪਾਂ ਚੱਲੇ ਆ ਮਾਨਾ ਵਾਲੇ ਪਿੰਡ ਓਏ ਹੋਏ ਤੂੰ ਰੋਕ ਲਾ ਹੋ ਜੀ ਲੋਕੇਸ਼ਨ ਹੈਗੀ ਆ ਉੱਥੇ ਰੀਲਾਂ ਬਣਾਵਾਂਗੇ ਭਰਾਵਾ ਇੰਨਾ ਔਖਾ ਕੰਮ ਹੈ ਇਹ ਰੀਲਾਂ ਬਣਾਉਣ ਵਾਲਾ ਮਾਨਾ ਵਾਲੇ ਪਿੰਡ ਰੀਲ ਬਣਾਉਣ ਚੱਲੇ ਆ ਕਮਾਲ ਦੀ ਗੱਲ 15 ਸਕਿੰਟਾਂ ਦੀ ਵੀਡੀਓ ਹੈ ਯਾਰ ਗ੍ਰੀਨ ਸਕਰੀਨ ਲੈ ਲਾ ਅੰਨੀ ਦਿਆ ਜਿਵੇਂ ਮਰਜ਼ੀ ਜਿਹੜਾ ਮਰਜ਼ੀ ਪਿੰਡ ਲਾਈ ਜਾ ਮਗਰ ਕਹਿ ਜਾ ਯਾਰ ਇਹ
ਰੀਲਾਂ ਵਾਲਿਓ ਤੁਸੀਂ ਬਹੁਤ ਸਟਰਗਲ ਕਰਦੇ ਹੋ ਸੱਚੀ ਯਾਰ ਤੁਹਾਨੂੰ ਸਲੂਟ ਹੈ ਜਿੰਨਾ ਤੁਸੀਂ ਗੰਦ ਪਾਉਂਦੇ ਰੀਲਾਂ ਤੇ ਤੇਰੇ ਚੈਨਲ ਤੇ ਕਿਵੇਂ ਸਟ੍ਰਾਈਕਾਂ ਵੱਜ ਗਈਆਂ ਨੀ ਰਿਹਾ ਤੂੰ ਤਾਂ ਤੂੰ ਕਿਹੜਾ ਕਿਸੇ ਦਾ ਕੰਟੈਂਟ ਚੱਕ ਕੇ ਪਾਉਣਾ ਤੂੰ ਤਾਂ ਆਪਦੀ ਵੀਡੀਓ ਪਾਉਣਾ ਮੈਂ ਇੱਕ ਵੀਡੀਓ ਵੇਖੀ ਸੀਗੀ ਕਹਿੰਦੇ ਸਿਸਟਮ ਹੈ ਕਿ ਜਿਵੇਂ ਮੰਨ ਲਓ ਤੁਸੀਂ ਕਿਸੇ ਚੈਨਲ ਸਟ੍ਰਾਈਕ ਪਾ ਦੋਗੇ ਨਾ ਮੰਨ ਲਓ ਅਸੀਂ ਰੋਸਟ ਕਰਦੇ ਹਾਂ ਜਿਹੜੇ ਰੋਸਟ ਕਰਦੇ ਕੋਈ ਤੁਹਾਡੇ ਚੈਨਲ ਦਾ ਸਟ੍ਰਾਈਕ ਪਾ ਦੇ ਹੈ ਨਾ ਮੰਨ ਲਓ ਮਿਆਂਕ ਨੇ ਮੇਰੇ ਚੈਨਲ ਦਾ ਸਟ੍ਰਾਈਕ ਪਾ ਤੇ ਵੀ ਇਹਨੇ ਮੇਰਾ ਕੰਟੈਂਟ ਚੱਕਿਆ ਹੋਇਆ ਇਹ ਤਾਂ ਚਲੋ ਸਾਈਡ 'ਤੇ ਚੱਲਦਾ ਜੇ ਫੁੱਲ ਸਕਰੀਨ 'ਤੇ ਵਾਹਵਾ ਸਾਰਾ ਚੱਕ ਕੇ ਪਾ ਦੀ ਸਟ੍ਰਾਈਕ ਵੱਜ ਜਾਂਦੀ ਹੈ ਨਾ ਇੱਦਾਂ ਅਤੇ ਕਹਿੰਦਾ ਜੇ ਤੁਸੀਂ ਸਟ੍ਰਾਈਕ ਮਾਰ ਦੋਗੇ ਨਾ ਉਹ ਫਿਰ ਯੂਜ਼ ਦੇ ਅੰਡਰ ਹੁੰਦੀ ਹੈ ਸਟ੍ਰਾਈਕ ਵੀ ਉਹਨੂੰ ਆਪਾਂ ਯੂਜ਼ ਕਰ ਸਕਦੇ ਹਾਂ ਕੋਈ ਐਡਾ ਗਲਤ ਨਹੀਂ ਗਾ ਵੀ ਤੁਸੀਂ ਯੂਜ਼ ਨਹੀਂ ਕਰ ਸਕਦੇ ਨਾ ਅਤੇ ਜਿਹੜਾ ਬੰਦਾ ਸਟ੍ਰਾਈਕ ਮਾਰਦਾ ਜੇ ਤੁਸੀਂ ਉਹਨੂੰ ਵਾਪਸ ਕਾਪੀਰਾਈਟ ਸਟ੍ਰਾਈਕ ਮਾਰਦੇ ਨੇ ਨਾ ਤਾਂ ਉਹਦਾ ਚੈਨਲ ਉੱਡ ਜਾਂਦਾ ਵਾਪਸ ਨਹੀਂ ਆਉਂਦਾ ਸਾਰੀ ਉਮਰ ਪਤਾ ਤੁਹਾਨੂੰ ਸਿਸਟਮ ਇਹ ਮੈਂ ਵੇਖੀ ਵੀਡੀਓ ਕਿਸੇ ਬੰਦੇ ਦੀ ਬੰਦਾ ਕਹਿੰਦਾ ਐਂ ਤੁਸੀਂ ਸਟ੍ਰਾਈਕਾਂ ਨਹੀਂ ਮਾਰ ਸਕਦੇ ਕਿਸੇ ਚੈਨਲ 'ਤੇ ਤੁਹਾਨੂੰ ਐਂ ਲੱਗੇ ਸਟ੍ਰਾਈਕਾਂ ਮਾਰਦੇ ਚੈਨਲ ਡਾ ਦਿਓ ਕਹਿੰਦਾ ਜੇ ਉਹ ਟਰਮੀਨੇਟਰ ਹੋ ਜਾਓ ਫਿਰ ਟਰਮੀਨੇਟ ਹੋ ਜਾਓ ਤਾਂ ਫਿਰ ਵੀ ਵਾਪਸ ਆ ਜਾਂਦਾ ਪਰ ਜਿਹਨੇ ਫੇਕ ਸਟ੍ਰਾਈਕ ਮਾਰੀ ਹੋਊਗੀ ਉਹ ਫਿਰ ਯੂਜ਼ ਦੇ ਅੰਡਰ ਆਉਂਦਾ ਹੋਇਆ ਕੰਟੈਂਟ ਤੁਹਾਡਾ ਅਤੇ ਜਿਹਨੇ ਧੱਕੇ ਨਾਲ ਸਟ੍ਰਾਈਕ ਮਾਰੀ ਉਹਦਾ ਚੈਨਲ ਉੱਡ ਜਾਂਦਾ ਜਿੰਨੇ ਮਰਜ਼ੀ ਪੈਰੀ ਹੱਥ ਜੋੜ ਲਓ ਯੂਟਿਊਬ ਦੇ ਇਹ ਵੀ ਬਹੁਤ ਔਖਾ ਕੰਮ ਹੈ ਸਟ੍ਰਾਈਕ ਮਾਰਨ ਵਾਲਾ ਜਿਹਨੇ ਮਾਰੀ ਉਹਦਾ ਚੈਨਲ ਢਾ ਸਕਦਾ ਤੈਨੂੰ ਪਤਾ ਇੱਕੋ ਦਿਮਾਗ ਚ ਬਾਕੀ ਹੁਣ ਬਾਕੀ ਹੋਰ ਬਸ ਸਬਸਕ੍ਰਾਈਬ ਕਰ ਦਿਓ ਕਿੰਨੇ ਵਾਰੀ ਕਰੀਏ ਸਬਸਕ੍ਰਾਈਬ ਅਸੀਂ ਕੁਛ ਬੋਲੇਗਾ ਤਾਂ ਕਰਾਂਗੇ ਜਦੋਂ ਗੱਲ ਨਿਬੜਦੀ ਹੈ ਜਦੋਂ ਕੋਈ ਗੱਲ ਮੁੱਕਦੀ ਹੈ ਬਾਕੀ ਬਾਕੀ ਸਬਸਕ੍ਰਾਈਬ ਕਰ ਦਿਓ ਲਾਈਕ ਕਮੈਂਟ ਸ਼ੇਅਰ ਕਰੋ ਐਂਡ ਤੱਕ ਵੇਖਦੇ ਰਹੋ ਤੈਨੂੰ ਹਮਾਨੀ ਮਿਲੀ ਕਦੇ ਅੰਮ੍ਰਿਤਸਰ ਦੇ ਵਿੱਚ ਕਿ ਨਹੀਂ ਮਿਲੀ ਪਤਾ ਨਹੀਂ ਬਾਈ ਵੇਖੋ ਤੁਸੀਂ ਅੰਮ੍ਰਿਤਸਰ ਦੇ ਕਿੰਨੇ ਵਲੋਗਰ ਹੈ ਇਹ ਹੈ ਹਮਾਨੀ ਹੈ ਐਂਜਲ ਸ਼ਿਵਮ ਹੈ ਚਲੋ ਉਹਦਾ ਬਾਹਰ ਹੈ ਬਿਰ ਰਾਮਗੜੀਆ ਹੋ ਗਿਆ ਅਸ਼ਲੀਨ ਡੈਡ ਸਕੋਰ ਹੋ ਗਈ ਇੱਕੋ ਸੰਤਰਾ ਹੋ ਗਿਆ ਸੰਤਰੇ ਨਾਲ ਰਹਿੰਦੇ ਜਿਹੜੇ ਦੋ ਤਿੰਨ ਬੋਗੇ ਸਾਰੇ ਅੰਮ੍ਰਿਤਸਰ ਦੇ ਆਪਸ 'ਚ ਕਦੇ ਨਹੀਂ ਕਿਸੇ ਨੂੰ ਮਿਲੇ ਕਿ ਰੀਲਾਂ ਨਹੀਂ ਪਾਉਂਦੇ ਹੋਣੇ ਕੋਈ ਨਹੀਂ ਕੰਮ ਦਾ ਬਿਰ ਰਾਮਗੜੀ ਛੱਡ ਕੇ ਬਾਕੀ ਸਭ ਛੁਰਲੂ ਨੇ ਇਹ ਮਾਨਾਲੇ ਪਿੰਡ ਲੋਕੇਸ਼ਨ ਅੰਨੀ ਤੇ ਜਿੱਥੇ ਪਹਿਲਾਂ ਬਣਾਉਂਦਾ ਸੀ ਇਹ ਤੋਂ ਚੰਗਾ ਤਾਂ ਉਹੀ ਸੀ ਕਿ ਉਹੀ ਹੈ ਲੈ ਪਾਇਆ ਮਨ ਨਾਲ ਆਹ ਕੌਣ ਚੱਕਿਆ ਨਾਲ ਬਿਰ ਰਾਮਗੜੀ ਛੋਟਾ ਭਰਾ ਇਹ ਕੌਣ ਹੈ ਤੇ ਆਇਓ ਬਾਹਰ ਸਾਰੇ ਆਇਆ ਬਾਹਰ ਆਇਆ ਕਰਨ ਬਾਹਰ ਤੇ ਅੱਛਾ ਮਾਨਾ ਵਾਲੇ ਪਿੰਡ ਆਏ ਆ ਉਹ ਸਾਹਮਣੇ ਵੇਖੋ ਜਿੱਥੇ ਲਿਖਿਆ ਨਾ ਉੱਥੇ ਐਂਜਲ ਪੜਦੀ ਹੁੰਦੀ ਸੀ ਚੱਲ ਕੋਲੇ ਤੇ ਲੱਗੇ ਆਏ ਆ ਕੋ ਫਾਇਦਾ ਆ ਪੜੇ ਦਾ ਕੀ ਫਾਇਦਾ ਆ ਬਣਾਉਣ ਦਾ ਘਰੇ ਬ੍ਰੈਡ ਹੀ ਆ ਏਂਜਲ ਪੜ੍ਹਦੀ ਹੁੰਦੀ ਸੀ ਕੋਲ ਅੱਛਾ ਏਂਜਲ ਸ਼ਿਵਮ ਇੱਥੇ ਰੀਲਾਂ ਬਣਾਉਂਦੇ ਸੀਗੇ ਜਦੋਂ ਬੱਸ ਦੇ ਮਗਰ ਪੀਲੀਆਂ ਬੱਸਾਂ ਆਈਆਂ ਹੁੰਦੀਆਂ ਸੀ ਇਹਨਾਂ ਨੇ ਬਹੁਤ ਖਲਾਰਾ ਪਾਇਆ ਲੋਕਡਾਊਨ 'ਚ ਏਂਜਲ ਸ਼ਿਵਮ ਹੋ ਗਏ ਇੱਕੋ ਜੇ ਬੀ ਚਾਂਸ ਮੁੰਡਾ ਹੁੰਦਾ ਸੀ ਉਹਦੇ ਨਾਲ ਇੱਕ ਦੋ ਕੁੜੀਆਂ ਇੱਕ ਉਹਦੇ ਨਾਲ ਕੁੜੀ ਹੁੰਦੀ ਸੀ ਉਹ ਛੱਡ ਛੁੱਟ ਗਈ ਸੀ ਉਹਨੂੰ ਫਿਰ ਉਹਨੂੰ ਮਨਪ੍ਰੀਤ ਲੱਭੀ ਮਨਪ੍ਰੀਤ ਵੀ ਛੱਡ ਗਈ ਹੁਣ ਉਹ ਇੱਕ ਹੋਰ ਕੁੜੀ ਨਾਲ ਵੀਡੀਓ ਬਣਾਉਂਦਾ ਉਹ ਹੋਰ ਉਹਦੇ ਨਾਲ ਸੀਗੇ ਦੋ ਤਿੰਨ ਜਣੇ ਇਹ ਸਾਰੇ ਰੀਲਾਂ ਇੱਥੇ ਪਾਉਂਦੇ ਸੀ ਕਾਲੀਆਂ ਪੈਂਟਾਂ ਸ਼ਰਟ ਪਾ ਕੇ ਹੋਟਲ ਮੈਨੇਜਮੈਂਟ ਨਹੀਂ ਕੀਤੀ ਇਹਨਾਂ ਨੇ ਬੱਸਾਂ ਦੇ ਮਗਰ ਹੀ ਤੜਕੇ ਲਾਏ ਆ ਰੀਲਾਂ ਦੇ ਫਿਲਟਰ ਵੀ ਲੱਗ ਜਾਂਦੇ ਨਹੀਂ ਤੇ ਸਾਨੂੰ ਤਾਂ ਪਤਾ ਹੀ ਨਹੀਂ ਸੀ ਅਸੀਂ ਐਵੇਂ ਹੀ ਜਿਹੜੇ ਬਿਨਾਂ ਫਿਲਟਰਾਂ ਤੋਂ ਬਣਾਈ ਜਾਂਦੇ ਵੀਡੀਓ ਆਹ ਵਾ ਕਿ ਫਿੰਸੀਆਂ ਵਿਖਦੀ ਹੁੰਦੀਆਂ ਮੇਰੇ ਦੋ ਤਿੰਨ ਮੈਨੂੰ ਕਹੀ ਆਖਦੇ ਹੁੰਦੇ ਆ ਭਰਾਵਾ ਫਿੰਸੀਆਂ ਬਣੀਆਂ ਤੇਰੇ ਮੈਂ ਕਿਹਾ ਮੈਂ ਕਿਹੜਾ ਹੁਣ ਹਮਾਨੀ ਹੈ ਜਿਹੜਾ ਮੰਮੀ ਕੋ ਫੇਸ਼ੀਅਲ ਕਰਾ ਕੇ ਸਹੀ ਕਰ ਲਾਂਗਾ ਮੈਂ ਫਿਲਟਰ ਲਾਣੇ ਬੰਦ ਕਰ ਦਿੱਤੇ ਲੋਕਾਂ ਦੇ ਨਾ ਹੀ ਲਾਇਆ ਬ్రో ਓ ਯਾਰ ਜਦੋਂ ਮੇਰੇ ਨਾ ਮੇਰੀ ਪਹਿਲਾਂ ਮੇਰੀ ਸਕਿਨ ਬੜੀ ਖਰਾਬ ਹੋ ਗਈ ਮੈਂ ਦੱਸਦਾ ਜਦ ਕੋਈ ਫੈਨ ਮੇਰੇ ਤੇ ਉਸ ਚਾਈ ਵੇਖ ਲੈਂਦਾ ਆ ਫੈਨ ਆ ਕੌਣ ਹੈ ਤੇਰੇ ਫੈਨ ਹੈਗੇ ਆ ਇਹ ਐਡੇ ਫਿਲਰ ਲੋਕ ਕਿਉਂ ਹੁੰਦੇ ਮੈਨੂੰ ਸਮਝ ਨਹੀਂ ਆਉਂਦੀ ਦੱਸ ਅੱਜ ਤੱਕ ਤਾਂ ਨਹੀਂ ਆ ਕੇ ਸਾਨੂੰ ਕੋਈ ਫੈਨ ਮਿਲ ਜਦੋਂ ਕੋਈ ਫੈਨ ਮਿਲਦੇ ਨਾ ਸੱਚਾਈ ਵੇਖ ਲੈਂਦੇ ਨਹੀਂ ਤੇ ਚੱਜ ਦੇ ਕੱਪੜੇ ਪਾ ਕੇ ਨਿਕਲਿਆ ਕਰੋ ਬਾਹਰ ਫਿਰ ਕਮਾਲ ਦੀ ਗੱਲ ਹੈ ਵੈ ਰੀਲਾਂ ਨੂੰ ਕੱਪੜੇ ਵੀ ਚੱਜ ਦੇ ਪਾ ਕੇ ਰੱਖਣੇ ਪੈਂਦੇ ਆ ਕੜੀ ਕੁੜੀ ਪਾ ਕੇ ਲੀੜੇ ਛਿੜੇ ਪਾ ਕੇ ਰਹਿਣਾ ਪੈਂਦਾ ਇਹ ਆਕੀ ਕੋਈ ਸਾਨੂੰ ਫੈਨ ਮਿਲ ਜਾਏਗਾ ਇੱਧਰ ਤੱਕ ਵੇਖ ਆ ਯਾਰ ਬਰਾਲਾ ਫੋਟੋ ਕਰਾਣੀ ਮੇਰਾ ਭਰਾ ਇਹ ਸੋਹਣੇ ਸੁਨੱਖੇ ਨਹੀਂ ਚਲੋ ਠੀਕ ਠਾਕ ਤੇ ਲੀਰ ਹੈ ਤੇ ਆ ਮੇਰਾ ਭਰਾ ਮੈਨੂੰ ਮਿਲਿਆ
काजल ने दी गिफ्ट अच्छा दो दो रील दस रील शूट करनी तेरा भला हो जाए मेरी बना दे मेरी बना दे आ गाने मेरी बना दे यार आ गाने तो मैं बनानी सी बहुत औखा काम रील नचना भी बहुत औखा नेट ते तू मेरे नाल खड़िया तेन पच्ची मत मेन तेई मां चढ़िया ਸਾਰੇ ਨੇ ਵੀ ਲੋਕ ਵੇਖਣਾ ਘਰੇ ਆ ਕੇ ਠੀਕ ਹੈ ਮੈਂ ਪ੍ਰੋਮੋਸ਼ਨ ਕਰਨੀ ਆ ਆਹੋ ਇਧਰੋਂ ਮੜਾ ਆ ਆਵਾ ਪ੍ਰੋਮੋਸ਼ਨ ਮੇਰੀ ਗੱਲ ਸੁਣੋ ਸਾਰੇ ਜਾਣੇ ਘਰੇ ਆ ਕੇ ਚੈੱਕ ਕਰਿਓ ਠੀਕ ਹੈ ਵੀ ਲੋਕ ਜੋ ਪਾਵਾਂਗਾ ਉਹ ਬੰਦ ਕਰੋ ਹਮ ਸਭ ਬੰਦ ਕਰੋ ਇੱਕ ਮਿੰਟ ਵਾਇਕ ਟਾਈ ਇੱਕ ਮਿੰਟ ਵਾਇਕ ਬੰਦ ਕਰੀ ਕੀ ਲੋਕੇਸ਼ਨ ਵੇਖ ਕੇ ਆਏ ਆ ਜਾ ਕੇ ਨਾ ਸਾਰੇ ਮੈਨੂੰ ਤਾਂ ਕੋਈ ਲੱਗਿਆ ਨਹੀਂ ਦੱਸਦਾ ਠੀਕ ਹੈ ਖਾਲੀ ਥਾਂ ਭਰਾਵਾ ਕਿੰਨੀਆਂ ਲੋਕੇਸ਼ਨ ਹੋਣੀਆਂ ਅੰਮ੍ਰਿਤਸਰ ਜੀ ਐਵੇਂ ਤੂੰ ਪਿੰਡ ਆ ਗਿਆ ਇੰਨੀ ਦੂਰ ਐਂਜਲ ਉੱਥੇ ਪੜਦੀ ਸੀ ਪਤਾ ਨਹੀਂ ਕਿਹੜੀ ਡਿਗਰੀ ਲੈਣ ਆਇਆ ਉੱਥੇ ਤਾਂ ਮਿਲੀ ਮਸਾਂ ਵਿਚਾਰੀ ਨੂੰ ਇੱਥੇ ਡਿਗਰੀ ਮਿਲ ਗਈ ਸੀ ਵੇਖਿਓ ਠੀਕ ਹੈ ਕਹਿ ਦੋ ਸਬਸਕ੍ਰਾਈਬ ਕਰ ਦੋ ਸਾਰਿਆਂ ਨੇ ਚਲ ਕੀ ਕਰ ਦੋ ਸਬਸਕ੍ਰਾਈਬ ਚਲੋ ਠੀਕ ਹੈ ਹਾਂ ਇਹਨਾਂ ਦੇ ਨਾ ਮੰਨਿਓ ਇਹ ਕਾਤੋਂ ਰੋਈ ਜਾਂਦਾ ਕਾਜਲ ਨਹੀਂ ਆਈ ਆਏ ਹਾਏ 25 ਮਿੰਟ ਦਾ ਵਲੋਗ ਤੇਰਾ ਭਲਾ ਹੋ ਜੇ ਮੈਂ ਕਿ ਜੇ ਤੂੰ ਆਈ ਆਪਦੇ ਦੋਸਤਾਂ ਨਾਲ ਵਲੋਗ ਪਾਏਗਾ ਨਾ ਤੇਰੇ ਦਿਨੋਂ ਦਿਨ ਵਿਊ ਖਤਮ ਹੋ ਜਾਣਗੇ ਉਸ ਤੋਂ ਬਾਅਦ ਤੂੰ ਉਸ ਤੋਂ ਬਾਅਦ ਸਿਰਫ ਅਮਾਨੀ ਅਮਾਨੀ ਯਾਰ ਵਲੋਗ ਨਹੀਂ ਪਾਉਂਦੀ ਵੀ ਮਹੀਨਾ ਹੋ ਗਿਆ ਮੈਂ ਰੋਮਾਂਚਕ ਬਣਾਉਣ ਤੋਂ ਬੈਠਾ ਇੱਥੇ ਸੌਖਾ ਨਹੀਂ ਪੁੱਛ ਲੈਣਾ ਚਾਹੀਦਾ ਕਈ ਵਾਰੀ ਹੋ ਜਾਂਦਾ ਮੈਂ ਕਿਹਾ ਹਾਲ ਚਾਲ ਪੁੱਛੀ ਤੇਰੇ ਕੋਲ ਤਾਂ ਨੰਬਰ ਹੋਣਾ ਮੇਰੇ ਕੋਲ ਹੈ ਨਹੀਂ ਕਿਹਾ ਉਹਦਾ ਨਹੀਂ ਮੈਨੂੰ ਚਾਹੀਦਾ ਵੀ ਨਹੀਂ ਰਹਿਣ ਦੇ ਅੱਜ ਸਹੀ ਸਾਲਾ ਅੱਜ ਸਹੀ ਖੁੱਲ ਗਿਆ ਵੇ ਚਿਪਸੀ ਮੈਂ ਖਾਦੇ ਸਾਰੇ ਸਾਰੇ ਤੂੰ ਖਾ ਗਿਆ ਹੈ ਪਸ਼ਰਮਾ ਤੈਨੂੰ ਆਪ ਸ਼ਰਮ ਹੋਣੀ ਚਾਹੀਦੀ ਹੈ ਹੋਰ ਕੋਈ ਸੁਣਾਓ ਗੱਲਬਾਤ ਇਹ ਕਿ ਹਿਮਾਨੀ ਦੀ ਮੰਮੀ ਹੈ ਗੱਲਾਂ ਸੁਣਾਈ ਜਾਵੇ ਆ ਬੇਟਾ ਮਿੰਕੂ ਇੱਕ ਵਾਰੀ ਪਤਾ ਕੀ ਹੋਇਆ ਹਿਮਾਨੀ ਨੇ ਛੱਤ ਡਿੱਗ ਪਈ ਫਿਰ ਇਹ ਉੱਠ ਖੜੀ ਸੁਪਨਾ ਸੀ ਓਏ ਅੰਨੀ ਦੇ ਇਹਨਾਂ ਨੂੰ ਕੰਟੈਂਟ ਖਾਏਗਾ ਹੋਰ ਕਿਸ ਨਾਲ ਗੱਲਬਾਤ ਬਣਾ ਆਪਦੀ ਰੀਲਾਂ ਛੀਲਾਂ ਜਿਹੜੀਆਂ ਬਣਾਉਣੀਆਂ ਜਿੰਨਾ ਚਿਰ ਕਾਜਲ ਨਹੀਂ ਆਉਂਦੇ ਉਹਨਾਂ ਚਿਰ ਮੱਥੇ ਵੱਜੂ ਜਾ ਕੇ ਵੇਖ ਲੈਣਗੇ ਅੰਨੀ ਦਾ ਇਹ ਕਿ ਸਟਾਰ ਪਲੱਸ ਇੱਕ ਵਾਲੀ ਆਉਣਾ ਉੱਥੇ ਹੀ ਪਿਆ ਰਹੂਗਾ ਸਾਰੀ ਉਮਰ ਜਦ ਮਰਜ਼ੀ ਵੇਖੀ ਆ ਤੇ ਬਾਕੀ ਕੀ ਕਰੀ ਜਾਂਦੇ ਇੱਥੇ ਤੂੜੀ ਦੀਆਂ ਪੰਡਾਂ ਬਣਾਈ ਜਾਂਦੇ ਸਾਰੇ ਹੀ ਵਿਹਲੇ ਆ ਤੁਸੀਂ ਯਾਰ ਬਹੁਤ ਭੋਰੂ ਵਲੋਗ ਆ ਯਾਰ ਟੈਨਸ਼ਨਾਂ ਘੱਟ ਖਾ ਗਿਆ ਤੂੰ ਘੱਟ ਤਾਂ ਬਿਜ਼ਨਸ ਚ ਖਾ ਆਪ ਕੁੱਤੇ ਚਲ ਇਹ ਪਤਾ ਕਿਉਂ ਸੋਹਣਾ ਲੱਗਦਾ ਪਿਆ ਇਹ ਆਖਦਾ ਟੈਟੂ ਟੂਟੂ ਬਣੇ ਆ ਤਾਂ ਕਰਕੇ ਕਹਿੰਦੇ ਜਿਹੜੇ ਟੈਟੂ ਬਣੇ ਉਹਨੂੰ ਸੋਹਣਾ ਆਖ ਦਿੰਦੇ ਆ ਮੇਰਾ ਵੀਰ ਪਰਸਨੈਲਿਟੀ ਛਿੱਕੇ ਦੀ ਇੱਜ਼ਤ ਧੇਲੇ ਦੀ ਨੀ ਗੀ ਸਾਡਾ ਭਰਾ ਦੀ ਨਾ ਪਰਸਨੈਲਿਟੀ ਇੰਨੀ ਘੈਂਟ ਆ ਨਾ ਤੇ ਟੈਟੂਆਂ ਕਰਕੇ ਹੋਰ ਜ਼ਿਆਦਾ ਸੋਹਣਾ ਲੱਗਦਾ ਆ ਹੈਨਾ ਵੀਰ ਮੁੰਡਾ ਸਾਡਾ ਟੈਟੂ ਕਰਕੇ ਬਹੁਤ ਜ਼ਿਆਦਾ ਸੋਹਣਾ ਲੱਗਦਾ ਆ ਰੰਗ ਤੇਰੇ ਕੀ ਬਣਿਆ ਇੱਥੇ ਤੂੰ ਸੱਪ ਬਣਾ ਲਿਆ ਇਹ ਬਹੁਤ ਸ਼ਕੀਨ ਹੈ ਇਹਨੂੰ ਐਂ ਨਹੀਂ ਪਤਾ ਵੀ ਸਾਰੀ ਉਮਰ ਰਹਿਣਾ ਟੈਟੂ ਇਹਨੂੰ ਘਰੇ ਆ ਕੇ ਪਤਾ ਉਹ ਯਾਰ ਤਾਂ ਬਣਾ ਲਿਆ ਹੁੰਦਾ ਸਾਰੀ ਉਮਰ ਰਹੂਗਾ ਇਹ ਮੈਂ ਕੱਚਾ ਸਮਝ ਕੇ ਬਣਾ ਲਿਆ ਸੀ ਜਦੋਂ ਹਿਮਾਨੀ ਛੱਡ ਗਈ ਉੱਥੇ ਸੱਪ ਬਣਾ ਲਿਆ ਐਡਾ ਪਤਾ ਨਹੀਂ ਕਿੱਥੋਂ ਚੜਦਾ ਉਹ ਗਿੱਟਿਆਂ ਚੜਦਾ ਪਤਾ ਨਹੀਂ ਕਿੱਥੋਂ ਚੜਦਾ ਸ਼ੁਕਰ ਆ ਹੁਣ ਕਾਜਲ ਮਿਲੀ ਤੋਂ ਬਿੱਲੀ ਨਹੀਂ ਬਣਾਈ ਚਮਕਦਾ ਚਮਕ ਮਾਰਦਾ ਸਾ ਟੈਟੂ ਬਣਾਉਣਾ ਤੂੰ ਕਾਜਲ ਲੱਗ ਨਹੀਂ ਬਣਾਉਣਾ ਸੌਰੀ ਫਰੈਂਡ ਆ ਬਣਾਈਏ ਮਿੱਤਰਾ ਹੋਰ ਕੀ ਹਾਲ ਆ ਭਾਊ ਭਾਊ ਠੀਕ ਹੈ ਮੇਰੀ ਬਣਾ ਦਿਓ ਇੱਕ ਵੀਡੀਓ ਉਹ ਪੱਪੀਆਂ ਲਈ ਜਾਂਦਾ ਅੰਨੀ ਦਾ ਚਲੋ
ਇਹ ਕੀ ਕਰਦੇ ਆ ਉਹ ਭਰਾਵਾ ਇਹ ਬੋਰੀ ਇੱਦਾਂ ਭਰਿਆ ਨੂੰ ਕਾਹਤੋਂ ਚੱਕ ਲਿਆਉਣੇ ਨਾਲ ਯਾਰ ਐਡਾ ਭੋਰੂ ਆ ਇਹ ਐਂ ਤਾਂ ਨਹੀਂ ਕਾਜਲ ਫੋਲੋ ਕਰਦੀ पता नहीं की है यार एवं ला लिया नहीं दे मैं तू ना जो ब्लॉग बना हों काजल वाला पहला सीन पाया करा कुत्ते भाई बाद चो मारा करता कि मैं छड़ के जा सकां विचों दी चलो मयंक प्रीत भी है दुनिया तुरे फिर मयंक तो क्यों ना हो गए चढ़ाई है भाई तुम वेख्या कि थाने गए थे वीडियो देखी हे जो तुम बोतल मारी से किसी कर दा ਕੀ ਪਤਾ ਬਲਿੰਕਿਟ ਵਾਲੇ ਰਿਸ਼ਤੇਦਾਰ ਹੁਣ ਸ਼ੁਰੂ ਤੋਂ ਬੋਰੀ ਦਾ ਭਰਿਆ ਹੋਇਆ ਤੁਹਾਡੇ ਨਾਲ ਹੋਇਆ ਇੱਦਾਂ ਕਦੇ ਜਿਹੜੇ 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 ਵੀ ਹੈਗੇ ਮੈਨੂੰ ਵੀ ਕਈ ਵਾਰ ਜਨਤਾ ਜਾਣ ਦੀ ਮਿਲਦੀ ਹੈ ਨਾ ਇੱਕ ਵਾਰ ਮੈਨੂੰ ਗਰੁੱਪ ਮਿਲਿਆ ਪੰਜ ਛੇ ਮੁੰਡਿਆਂ ਦਾ ਸਾਰਿਆਂ ਨੇ ਫੋਟੋ ਕਰਾ ਲਈ ਇੱਕ ਨੇ ਸਾਰਿਆਂ ਦੀ ਫੋਟੋਆਂ ਖਿੱਚੀਆਂ ਮੇਰੇ ਨਾਲ ਕਹਿੰਦਾ ਮੈਂ ਨਹੀਂ ਕਰਾਉਣੀ ਕਹਿੰਦਾ ਕਹਿੰਦਾ ਕਿਉਂ ਕਹਿੰਦਾ ਮੈਂ ਜਾਣਦਾ ਨਹੀਂ ਇਹਨੂੰ ਕਹੋਣਾ ਕਹਿੰਦਾ ਕੱਚਾ ਆ ਜਾਂਦਾ ਬੰਦਾ ਉਦੋਂ ਮੈਂ ਕਿਹਾ ਕੋਈ ਨਾ ਤੂੰ ਜਾਣ ਲਈ ਫੋਟੋ ਕਰਾ ਲਾ ਕਰਾਉਣੀ ਕਹਿੰਦਾ ਧੱਕਾ ਨਹੀਂ ਕੋਈ ਤੇਰੇ ਨਾਲ ਇੱਕ ਵਾਰੀ ਐਂ ਆਇਆ ਕਹਿੰਦਾ ਕਹਿੰਦਾ ਭਾਜੀ ਅਸੀਂ ਤੁਹਾਡੇ ਬਹੁਤ ਵੱਡੇ ਫੈਨ ਆ ਕੋਈ ਦੋ ਭਰਾ ਸੀਗੇ ਛੋਟੇ ਛੋਟੇ ਜਿਹੇ ਕਹਿੰਦਾ ਭਾਈ ਇਹ ਤੁਹਾਡੇ ਬਹੁਤ ਵੱਡੇ ਫੈਨ ਤੁਹਾਡੀ ਸਾਰੀ ਵੀਡੀਓ ਵੇਖਦੇ ਆ ਤੁਹਾਡੇ ਨਾਲ ਫੋਟੋ ਕਰਾਉਣਾ ਮੈਂ ਕਰਾ ਲਓ ਉਹਨੇ ਕਰਾ ਲਈ ਦੂਜੇ ਨੇ ਕਰਾਈ ਨਹੀਂ ਮੈਂ ਤੂੰ ਕਾਹਤੋਂ ਨਹੀਂ ਕਰਾਈ ਕਹਿੰਦਾ ਤੁਹਾਡਾ ਨਾਮ ਕੀ ਹੈ ਮੇਰੇ ਨਾਲ ਤਾਂ ਬਹੁਤ ਕੱਚਾ ਵੱਜਿਆ ਨਿੱਕੇ ਨਿੱਕੇ ਜਵਾਕ ਮੇਰੇ ਵਾਲੇ ਫੈਨ ਸੀਗੇ ਘਰੇ ਆ ਜਾਂਦੇ ਜਿਵੇਂ ਘਰ ਦੇ ਐਂਟਰਸ ਜਿਵੇਂ ਐਂਡ ਦੇ ਕਮਰਾ ਹੁੰਦਾ ਨਾ ਆਪਣਾ ਅੰਦਰ ਆ ਜਾਂਦੇ ਅੱਛਾ ਮੈਨੇ ਆਪਕਾ ਪਲੇ ਬਟਨ ਦੇਖਣਾ ਹੈ ਦਿਖਾਈਓ ਜਰਾ ਮੈਂ ਆ ਜਾ ਭਰਾਵਾ ਇਹ ਵੀ ਚਾਕ ਨਹੀਂ ਜਵਾਕਾਂ ਨੂੰ ਸਾਰੇ ਹੀ ਉੱਤਰ ਜਾਂਦੇ ਉੱਨੀ ਦਿਓ ਦੋਲੇ ਪਿੱਛੇ ਜਗਾ ਕੀ ਲੀ ਗਿਆ ਪਿੱਛੇ ਬਹਿਣਾ ਸਾਰਾ ਸਾਰੇ ਓਏ ਉਹ ਕੱਟੇ ਆ ਬਰੋ ਆਪਾਂ ਨੋਵਲਟੀ ਮੋਲ ਆਏ ਆ ਓਏ ਉਹ ਕੱਟੇ ਆ ਇਕੱਠੇ ਤੇ ਆਈ ਜਾਂਦੀ ਉਹ ਤੈਨੂੰ ਨਹੀਂ ਪਤਾ ਕੱਟੇ ਆ ਇੱਕ ਕੁੜੀ ਆ ਉਹ ਭਰਾਵਾ ਖੁਸ਼ ਹੋ ਜਾਂਦੇ ਸਾਰੇ ਜਣੇ ਜਦੋਂ ਆ ਜਾ ਰੀਲਾਂ ਬਣਾਉਣ ਚਲੋ ਤੁਹਾਨੂੰ ਵੇਖ ਲਓ ਕੌਣ ਮਿਲਿਆ ਚੱਲ ਤੁਹਾਨੂੰ ਕੌਣ ਮਿਲਿਆ ਇਧਰ ਮੂੰਹ ਕਰੋ ਜੀ ਚੱਲ ਤੇ ਕਾਜਲ ਜੀ ਕਹਿੰਦੇ ਕਾਜਲ ਜੀ ਤਾਂ ਪੰਗੂ ਨਾਲ ਹੀ ਬਿਜ਼ੀ ਆ ਅੱਜ ਦੇ ਟਾਈਮ 'ਚ ਮਯੰਕ ਤੇਰਾ ਦਿਲ ਨਾ ਮੌਲਾ ਮੇਰੇ ਹੋਇਆ ਪਿਆ ਕੰਮ ਕਾ ਇੱਧਰ ਦੇਖੋ ਜੀ ਕਾਜਲ ਕਹਿੰਦੀ ਕਿੱਧਰ ਬੋਰ ਕਰੀ ਜਾਂਦੇ ਯਾਰ ਪੰਗੂ ਇਹਨੂੰ ਕਿੱਧਰ ਚੱਕੀ ਫਿਰਦਾ ਤੂੰ ਨਾਲ ਇਹ ਛੱਡ ਕਿਹੜਾ ਦੱਸ ਕਾਰ ਲੈ ਕੇ ਤੂੰ ਆਇਆ ਕਰ ਆਪਾਂ ਚੱਲਿਆ ਕਰਾਂ ਘੁੰਮਣ ਇਹਨੂੰ ਬਿੰਟੀ ਮੌਲ ਦੇ ਅੱਗੜ ਪਿੱਛੜ ਹਾਂ ਹੁਣ ਪੰਗੂ ਦੀ ਜਾ ਖੁੱਲੀ ਹੈ ਠੀਕ ਹੈ ਇਹ ਮਤਲਬ ਆਪਣੇ ਸਲੂਨ ਹੈਗੀ ਸੀਗੀ ਤੇ ਕਹਿੰਦੀ ਆਪਾਂ ਮਿਲ ਲੈਂਦੇ ਹਾਂ ਸੋਚਦੇ ਅੱਛਾ ਹਾਂ ਬਾਕੀ ਇੱਥੇ ਗਾਣੇ ਚੱਲਵੇਂ ਮੈਂ ਬਲੌਗ ਚਾਹ ਰਿਹਾ ਨਾ ਸਦਾ ਹੈਗਾ ਮੈਂ ਕਦੇ ਸਮਾਂ ਕੱਢਣ ਨੂੰ ਬੜਾ ਗਾਣ ਹੋਏ ਵੀ ਚਰਖੇ ਤਿਆਰ ਕਰਦੀ ਹੈ ਅੱਛਾ ਕਾਜਲ ਬਿਊਟੀ ਪਾਰਲਰ ਵਾਲੀ ਚੱਲ ਵਾਲਬੂ ਸਟੇਟ ਕਰਾਉਣੇ ਹੋਏ ਤਾਂ ਹਮਾਨੀ ਨੂੰ ਭੇਜ ਦਈਏ ਹੋਰ ਵਧੀਆ ਚੱਲ ਕੀ ਮੰਗਾਇਆ ਵੀ ਖਾਣ ਨੂੰ ਬਰਗਰ ਗਾਏ ਨੇ ਹਾਂ ਕੀ ਮੰਗਾਇਆ ਬਰਗਰ ਬਰਗਰ ਖਾਣ ਲੱਗੇ ਆ ਠੀਕ ਆ ਆਲੂ ਵਾਲੇ ਹਾਂ ਤੇ ਬਾਕੀ ਇੱਥੇ ਗਾਣੇ ਬਹੁਤ ਚੱਲਦੇ ਪਏ ਮੈਂ ਤਾਂ ਕਰਕੇ ਥੋੜਾ ਮਾਈਕ ਦੇ ਵਿੱਚ ਵੜ ਕੇ ਬੋਲ ਲੈਂਦੇ ਹਾਂ काजल जे तू मेरा रोमांचिक वेखदी है तू कंफर्टेबल है इन्ने जाने अच नहीं चुको फ्रेंड सर्कल तो होंगे ही है पर भरावा पहला मिंकू घरे गई फिर मिंकू ने ये मिलाती पंगू नाल हूँ इन्नी जनता बैठी है कोई दिक्कत नहीं फिर की बैठन तो की अंदर ल छोटी सोच दे लोग है रोस्टर जे नर्विस हाँ ठीक है वो थोड़ा अंग्रेजी तंग है अपना हाँ नहीं सही गल ओके ओके डन पक्की गल दंद ओनू आंदा काजल च वज के हसदा
ਮਿੱਤਰ ਜੀ ਕੀ ਹੈ ਮੈਨੂੰ ਆਪ ਨੀ ਲੱਗੀ ਗੁਰੂ ਤਾਂ ਭੁੱਖ ਲੱਗੀ ਤੇ ਖਾ ਲਾ ਸਾਹਮਣੇ ਪਿਆ ਹੋਰ ਤੈਨੂੰ ਹੁਣ ਕਾਜਲ ਨਾ ਪਾ ਦੇਣ ਉਹ ਕਿੱਦਾਂ ਦੀ ਹੈ ਯਾਰ ਇਹ ਬੰਦੇ ਭੁੱਖ ਬੜੀ ਲੱਗੀ ਗੁਰੂਆ ਖਵਾ ਦੇ ਕੁਛ ਬਰਗਰ ਪਿਆ ਅੱਛਾ ਆ ਗਿਆ ਗੇ ਮੇਰਾ ਧਿਆਨ ਹੀ ਕਿਤੇ ਹੋਰ ਸੀ ਪੰਗੂ ਕੀ ਕਰੀ ਜਾਂਦਾ ਚੱਲ ਬਰਗਰ ਬਰਗਰ ਲਓ ਜੀ ਆਪਾਂ ਬਰਗਰ ਖਾ ਲਾਂਗੇ ਨਾਲ ਤਿੱਤੀ ਆ ਕੌਣ ਆ ਮੁੰਡੇ ਨਾਲ ਮਿਲਾਇਆ ਨਹੀਂ ਤੂੰ ਚੱਲ ਨਹੀਂ ਯਾਰ ਇਹ ਜਸਟ ਫੋਰ ਫਨ ਹੈਗਾ ਸੀਗਾ ਏਦਾਂ ਮਜ਼ਾਕ ਨਾ ਬਣਾਇਆ ਆਪਾਂ ਕਿਸੇ ਨਾਲ ਮਜ਼ਾਕ ਨਹੀਂ ਬਣਾਇਆ ਜਸਟ ਫੋਰ ਫਨ ਹੈਗਾ ਤੇ ਅਸੀਂ ਬਰਗਰ ਨਾਲ ਫ੍ਰੈਂਚ ਨਹੀਂ ਅਸੀਂ ਵੀ ਜਸਟ ਫੋਰ ਫਨ ਨਹੀਂ ਕਰਦੇ ਮਜ਼ਾਕ ਨਹੀਂ ਬਣਾਉਂਦੇ ਕਿਸੇ ਦਾ ਹੋਰ ਖਾਣਾ ਪੀਣਾ ਕਦੋਂ ਸ਼ੁਰੂ ਕਰਨਾ ਹੈ ਕਾਜਲ ਬ੍ਰੈਂਡਸ ਨਾਲ ਓ ਭਰਾਵਾ ਜਦੋਂ ਮੈਨੂੰ ਲੱਗਿਆ ਵਾਕਈ ਮਯੰਕ ਦੀ ਫਰੈਂਡ ਹੋਣੀ ਹੈ ਜਦੋਂ ਭੰਗੂ ਨੇ ਬੁਲਟ ਸਿਖਾਇਆ ਹੈ ਨਾ ਕਾਜਲ ਨੂੰ ਓ ਮਾਈ ਗੋਡ ਹਮਾਨੀ ਨੇ ਨਾਲ ਹੀ ਨਾਂ ਦਾ ਦੀਵਾ ਬਾਲਤਾ ਚਲੋ ਨਾਲ ਪੀਣਗੇ ਕੋਕ ਕੋਕਾ ਕੋਲਾ ਪਿਲਾ ਦੋ ਨਾ ਜੂਸ ਪਿਲਾ ਦੋ ਨੀ ਦੇ ਨਾਲ ਇਹਦਾ ਖਾ ਲਈਏ ਠੀਕ ਆ ਚਲ ਤੇ ਆਪਾਂ ਖਾ ਲਈਏ ਪੀ ਲਈਏ ਹਾਂ ਖਾ ਪੀ ਕੇ ਅੱਗੇ ਫਿਰ ਵਲੌਗ ਕਰਦੇ ਆ ਬਾਕੀ ਕਾਜਲ ਨੂੰ ਇਧਰੋ ਕੀ ਪਲਾਨ ਬਾਕੀ ਕਾਜਲ ਹੋਣੀ ਕੀ ਬਰਗਰ ਦੇ ਉਹ ਫ੍ਰੈਂਚ ਫ੍ਰਾਈਜ਼ ਨਾਲ ਕੋਕ ਪੂਰਾ ਕੰਮ ਹੈ ਇੱਕ ਬੰਦਾ ਮਿਸ ਵਾ ਆਪਣਾ ਇੱਕ ਬੰਦਾ ਤਾਂ ਮਿਸ ਆ ਪੰਗੂ ਕਾਜਲ ਉਹ ਭਰਾਵਾ ਤੇਰੇ ਘਰੇ ਆਉਂਦੀ ਚੰਗੀ ਨਹੀਂ ਸੀ ਇਹ ਚਾਹੇ ਤੇਰੀ ਫਰੈਂਡ ਹੀ ਸੀਗੀ ਦੇਖੋ ਜੀ ਹਰ ਦਾ ਆਪਦਾ ਆਪਦਾ ਹੁੰਦਾ ਹੈ ਨਾ ਹੁਣ ਉਹਨੂੰ ਪੰਗੂ ਪਸੰਦ ਸੀ ਹੁਣ ਮੈਂ ਕਰਦਾ ਮੇਰੇ ਕੋਲ ਬੁਲਟ ਹੈ ਪੰਗੂ ਕੋਲ ਵਰਨਾ ਪਸੰਦ ਤਾਂ ਆਏਗਾ ਉਹ ਉੱਪਰੇ ਫਿਰਦੀ ਹੈ 3600 ਕਿਲੋਮੀਟਰ ਦੂਰ ਕੀ ਫਾਇਦਾ ਹੋਇਆ ਪੰਗੂ ਨੇ ਸਾਰੇ ਲਾ ਦੇਣੇ ਪੰਗੂ ਨੇ ਕਹਿੰਦਾ ਜਾਓ ਤੁਰ ਕੇ ਘਰੇ ਮੈਂ ਛੱਡ ਕੇ ਆਇਆ ਇਹਨੂੰ ਬਸ ਹੁਣ ਤੂੰ ਇਹਦੇ ਨਾਲ ਹੀ ਵਲੌਗ ਪਾ ਸਕਦਾ ਇੱਕ ਚੀਜ਼ ਵੇਖੀ ਤੁਸੀਂ ਮਯੰਕ ਦੇ ਮੂੰਹ ਤੇ ਟੈਨਸ਼ਨ ਵਿਖਦੀ ਪਈ ਉਹ ਭੰਗੋਂ ਨੂੰ ਘੁੰਮੀ ਜਾਂਦੀ ਹੈ ਇਹਦੇ ਮੂੰਹ ਟੈਨਸ਼ਨ ਵਿਖੀ ਤੇ ਕੀ ਕਹਿੰਦੇ ਪਏ ਗਾਇਜ਼ ਤੇਰਾ ਗਾਇਜ਼ ਹੀ ਰਹੇ ਨਾ ਹੁਣ ਕਾਕਾ ਅੱਛਾ ਆਪਣਾ ਕਾਰਡ ਬਣ ਗਿਆ ਕਾਰਡ ਵਿਖਾ ਦੇ ਯਾਰ ਚੱਲ ਪੰਗੂ ਦੀ ਜ਼ਬਾਨ ਨੀ ਨਿਕਲੀ ਸੀ ਹੁਣ ਖਾ ਕੇ ਪੰਗੂ ਫਰਾਈਆਂ ਹੁਣ ਬੋਲਦਾ ਹੁਣ ਆਪਾਂ ਕਰਨ ਲੱਗੇ ਹਾਂ ਵਲੌਗ ਸਟਾਰਟ ਤੇ ਮੈਂ ਯਾਦ ਅੱਛਿਆਂ ਨਾਲ ਖੋਲ ਹੀ ਲਵਾਂ ਹੁਣ ਤਾਂ ਕਦ ਲਈਏ ਚਲਾਨ ਨੂੰ ਸਬਸਕ੍ਰਾਈਬ ਬਟਨ ਕਹਿਣ ਚੱਲ ਆ ਗੇਮ ਨੰਬਰ ਆਪਣਾ ਪਿਆ ਇਹ ਖੇਡ ਕੇ ਵੇਖਣੀ ਕਿਦਾਂ ਦੀ ਚੱਲ ਆ ਮੁੱਕਾ ਮਾਰਨ ਵਾਲੀ ਗੇਮ ਹੈ ਹਮਾਨੀ ਨਾਲ ਤਾਂ ਖੇਡੀ ਸੀ ਚੱਲ ਹੋਰ ਇੱਕ ਚੈੱਕ ਫਿਰ ਵੀ ਠੀਕ ਹੈ ਤੇ ਚਲੋ ਆਪਾਂ ਹੁਣ ਗੇਮ ਡਿਸਾਈਡ ਕਰਦੇ ਹਾਂ ਤੇ ਮੇਰਾ ਭਰਾ ਵਲੌਗ ਸਾਰੇ ਵੇਖੀ ਜਾਇਓ ਹੁਣ ਵਲੌਗ ਹੋਰ ਜ਼ਿਆਦਾ ਇੰਟਰਸਟਿੰਗ ਹੋਊਗਾ ਕੁਛ ਤਾਂ ਗੜਫੜ ਹੈ ਯਹਾਂ ਪੇ ਦਇਆ ਕੋ ਬੁਲਾਉਣਾ ਪੜੇਗਾ ਅੰਨੀ ਦਾ ਵਿੱਚੇ ਵਲੌਗ ਕਾਜਲ ਨਾਲ ਬਣਾਉਂਦਾ ਕਦੇ ਹਮਾਨੀ ਨੂੰ ਯਾਦ ਕਰਨ ਲੱਗ ਜਾਂਦਾ ਸਮਝ ਨਹੀਂ ਚਾਹੀਦਾ ਕੀ ਇਹਨੂੰ ਵੈਸੇ ਇੰਨਾ ਕੁੱਤ ਕਲੇਸ਼ ਪਿਆ ਨਾ ਇਹਦੀ ਜ਼ਿੰਦਗੀ 'ਚ ਅੱਜ ਵੀ ਉਹਨੂੰ ਪੁੱਛ ਲਓ ਤੈਨੂੰ ਹਮਾਨੀ ਵਾਪਸ ਚਾਹੀਦੀ ਇਹਨੇ ਕਹਿੰਦਾ ਹਾਂਜੀ ਮੈਂ ਕਹਿੰਦਾ ਜੁੱਤੀਆਂ ਲਾ ਲਏ ਕਨੇਡਾ ਵਾਲੇ ਪਾਸੇ ਪੈਕ ਕਰਾ ਲਏ ਹਾਂਜੀ ਮੈਂ ਤਾਂ ਪਿਸਤੌਲ ਲਾ ਕੇ ਸਿੱਟ ਦੂੰ ਜਿਹੜੀ ਹੱਥ ਬਣੀ ਹੋਈ ਮੇਰੇ ਖਰਚ ਖਰਚ ਕੇ ਹਮਾਨੀ ਬਾਹਰ ਕੱਢ ਲੈਣੀ ਫਿਰ ਆਪਣੀ ਪਾਵਰ ਟੈਸਟ ਕਰਨੀ ਆ ਮੁੱਕੇ ਵਾਲੀ ਤੇ ਅੱਛਾ ਉਹ ਕਾਜਲ ਸਾੜੀ ਕਿੱਧਰ ਪਾਈ ਖੜਦੀ ਹੈ ਇਹ ਪੱਕਾ ਦਿਵਾਲੀ ਤੋਂ ਹੀ ਆਈ ਹੈ ਦਿਵਾਲੀ ਦੀਆਂ ਮੁਬਾਰਕਾਂ ਚਲੋ ਦਿਵਾਲੀ ਕਿੱਧਰ ਮਨਾਉਂਦੀ ਫਿਰਦੀ ਕਾ ਕਰੇ ਜਾ ਕੇ ਬਲਝੜੀਆਂ ਚਲਾ ਪਟਾਕੇ ਚਲਾ ਦੂ ਦਸਨਾਰ ਚਲਾ ਚੱਕਰੀਆਂ ਚਲਾ ਕਿੱਧਰ ਫਿਰਦੀਆਂ ਪੰਜ ਮੁੰਡੇ ਤੁਰੀ ਦਸਲ ਫਿਰ ਕਹੋਗੀ ਮੁਝੇ ਲੋਕ ਰੋਸਟ ਕਰ ਦਿੱਤੇ ਹੈ ਬੋਲ ਦਿੱਤੇ ਹੈ ਆਪਣੀ ਪਾਵਰ ਟੈਸਟ ਕਰਨੀ ਮੈਂ ਤਾਂ ਬੰਗੂ ਵੀ ਮਿਲਨੇ ਆਈ ਸੀ ਬੰਗੂ ਲੈ ਆ ਇਹ ਚਲੋ ਹਲ ਲੈਟ ਜੀ ਆਦੇ ਭਰਾ ਚਲ ਇਹ ਤਾਂ ਮਾਰ ਮੂੰਹ ਤੇ ਮੁੱਕਾ ਲ ਚਲ ਸ਼ੁਕਰ ਆ ਕਾਜਲ ਦੇ ਨਹੀਂ ਵੱਜਿਆ ਪਹਿਲਾਂ ਵਾਲਾ ਕਿਹਨੇ ਮਾਰਿਆ ਸੀ ਕਾਜਲ ਨੇ ਨਹੀਂ
चल जे तो टप गया फिर तो कहूगा वधिया जोर है जे थले रह गया फिर कहूगा कमजोरी आ गई कह दे कमजोरी आ गई थोड़ा कमजोर हो गया मैं चलो नहीं टपता है भी कमजोरी है शुक्र है टप गया नहीं टपया ए बस ले पंगू जोरदार निकलिया चलो होर गल्लां दी गल्लां वैसे एक पता लग गया चीज कि मैं सिर्फ व्लॉगिंग कर सकता और कुछ नहीं पंगू कार भी चला लैंदा रीलां बना लैंदा बुलेट भी सिखा दिंदा चलो ये भी नहीं टपना ये को चल ए मैं मिलता हार जूगा ये अल बराबर बराबर जी है देवे कुंडे अल मैं कप देव कुंडे वाला हम भरा भरा करी जन्ने तुम उन्होंने भैन भी आख्या करो साड़ी भैन आई हुई है साढ़े पंजा की भैन है साढ़े पांच रखड़ियां लेके आई है कोई 1100 सौ पावे 55 सौ कट्ठा हो नहीं नहीं चलो कोई नहीं भैन आखा तू चल इन्हें तो जवाक भी नहीं खेड़ते वेखे मैं चल 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 आ तो मैं भी खेड होया काम भी बोगी भाई बोल खड़ानी है जो मर्जी रेट दे बड़ा गाना तू नेशनल च जाना एदे च चल खुश हिंदी है पता नहीं कदा चा चढ़िया होया गा एक मिनट रुको बाल सेट कर लेती हूँ साड़ी वाड़ी ठीक है केड़े चक्कर की कमांड मैं केड़े फंक्शन ते आई है तू साड़ी पाई दे सलून च पा के जा सकते हैं नहीं वो बाल स्ट्रेट करने पड़ते ना तो भागूंगी तो गिर जाऊंगी पापा दी परी हुई है भी मारेगा ज्यादा दिन शना भाई दाई मैं ते गुरुआ खेडी एक करी चल आगे जाना इन्नी पिछों नहीं आपां इन्नी भी आउणी बन्ना ये भी गया चार पांच सेट दंदे दो चल चल जूम मार के विखा दो भरा हुण हुण का जल्दी वारी चल चलो चलो नहीं वजूगी बस काजल जिन्नी जिंदगी च बोल स्लो आ उन्नी तू आप स्लो आपदी जिंदगी च बहुत हौली तरक्की हो रही है ओए मामा इधर सारी चल तू नाम लांदा फिर हुण कहंदा साथ ना देई जा साथ तक लैन देना अगले दी फ्रेंड है काजल तेरी तो नहीं गी तू मामा ज्यादा साथ ना दे जा बुलेट भी तू सिखाता दस मेनू कार चलानी आ सिखाई नहीं तू उन्हू बुलेट सिखाता किदां दी है यार ये लोग चलो हुण कि दी आ तेरे नले दे वाल नहीं सेट हुंदे कटा दे हुण आपा हुण मारनी है बोल आपा ठीक है चल 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 ए हुंदी है यारी हुण चला पंगू बोल सिटन ते ए नहीं कि चार मुंडियां नू फोन फड़ावे नहीं नहीं काजल बनावेगी रील तां मेरी स्नैपचैट भी काजल बना काजल सोहणी बनांदी इहनां नू आंदा नहीं फोकस करना अन्नी दे काजल बुला
ਜਿਹੜਾ ਆਰ ਵਾ ਨਾ ਆਰ ਮਿੰਕ ਦੀ ਵੇਖ ਲਓ 10 ਪੁਆਇੰਟ ਹੈਗੇ ਜੇ ਪੰਗੂ ਤੇ ਹੈਗੇ 8 ਪੁਆਇੰਟ ਹੋਵੇ ਐਮ ਐਮ ਮਿੰਕ ਦੇ 10 ਪੰਗੂ ਤੇ ਹੈਗੇ 8 ਤੇ ਰਿਆਂ ਤੇ ਹੈਗਾ 0 ਉਹ ਪੰਗੂ ਤੇ ਨਹੀਂ ਆ ਚੱਲ ਠੀਕ ਆ ਨਹੀਂ ਸੱਚ ਹਾਂ ਚੇਤਾ ਆ ਤੇਰੇ ਨਾਲ ਤੂੰ ਤੇ 0 ਤੇ ਐਮ ਬ్రో ਐਮ ਐ ਬ్రో ਮੇਰੀ ਗੱਲ ਸੁਣ ਮੇਰੀ ਗੱਲ ਸੁਣੋ ਮੇਰੀ ਗੱਲ ਸੁਣ ਇੱਕ ਮਿੰਟ ਰੁਕੋ ਹੁਣ ਰਿਆਂ ਹੈਗਾ ਪੰਗੂ ਰਿਆਂ ਦਾ ਨਾਮ ਪੰਗੂ ਠੀਕ ਆ ਕੀ ਕਰੀ ਜਾਂਦਾ ਯਾਰ ਇਹ ਠੀਕ ਆ ਇਹਨਾਂ ਦੇ ਪੁਆਇੰਟ ਵੱਧ ਉਹ ਹੈਗੇ ਆ ਆ ਵਾਰੀ ਕੰਪਲੀਟ ਨਹੀਂ ਹੋਈ ਉਹ ਗੁਰੂ ਤੇਰੀ ਵਾੜੀ ਉਹਨੇ ਕਰਤੀ ਨਾ ਤਾਂ ਪੁਆਇੰਟ ਵੱਧ ਗਏ ਆ ਉਹ ਬਾੜੀ ਬਾੜੀ ਚੱਲ ਪੋ ਭਰਾਵਾ ਆ ਵਾਰੀ ਹੁਣ ਕਾਜਲ ਨੇ ਸਨੈਪਚੈਟ ਬਣਾਣੀ ਇਹ ਪੰਗੂ ਦੀ ਐਵੇਂ ਰੋਲਾ ਪਾਈ ਨੇ ਤੁਸੀਂ ਫ੍ਰੀ ਵਿੱਚ ਖੜਾਉਂਦੇ ਨਾ ਬੱਕਰੀ ਇਹ ਹੁਣ ਪੰਗੂ ਦੀ ਵਾੜੀ ਆ ਪੰਗੂ ਰਿਆਨ ਵਾ ਰਿਆਨ ਕਾਜਲ ਫ੍ਰੀ ਹੀ ਖੇਡ ਸਕਦੀ ਹੋਰ ਤੁਹਾਨੂੰ ਲੱਗਦਾ ਕਾਜਲ ਰਿਬੋਨਿੰਗ ਕਰਕੇ ਕੈਸ਼ ਲੈ ਕੇ ਆਵੇ ਤੁਹਾਨੂੰ ਸਾਰਿਆਂ ਨੂੰ ਖੜਾਵੇ ਨੈਵਰ ਮੇਰਾ ਵੀ ਇੱਕ ਯਾਰ ਮਿੱਤਰ ਹੁੰਦਾ ਸੀਗਾ ਬੜੇ ਮੈਂ ਇਹਦੀ ਗੱਲ ਨਹੀਂ ਕਰਦਾ ਵੈਸੇ ਬੜੇ ਮੁੰਡੇ ਨੇ ਕੁੜੀਆਂ ਕੋਲੋਂ ਪੈਸੇ ਖਾਧੇ ਹੋਣੇ ਆ ਪੁਰਾਣੇ ਟਾਈਮਾਂ 'ਚ ਆਸ਼ਕੀਆਂ ਮਾਰ ਕੇ ਜਦੋਂ ਕਈ ਲੋਕਾਂ ਨੂੰ ਆਦਤ ਹੁੰਦੀ ਆ ਬਹੁਤ ਕੁੜੀਆਂ ਵੀ ਮੁੰਡਿਆਂ ਕੋਲੋਂ ਪੈਸੇ ਖਾਂਦੀਆਂ ਅਤੇ ਬਹੁਤ ਮੁੰਡੇ ਇਹਨਾਂ ਦੀ ਗੱਲ ਨਹੀਂ ਕਰਦਾ ਉੱਧਰ ਬਾਹਰ ਆਇਆ ਟੋਪਿਕ ਤੋਂ ਇਸ ਤੋਂ ਅਤੇ ਬਹੁਤ ਮੁੰਡੇ ਵੀ ਕੁੜੀਆਂ ਕੋਲੋਂ ਖਾਂਦੇ ਮੇਰਾ ਯਾਰ ਦੋਸਤ ਹੁੰਦਾ ਸੀ ਕੋਈ ਵੀ ਕਿਸੇ ਕੁੜੀ ਕੋਲੋਂ ਪੈਸੇ ਖਾਧੇ ਸੀ ਬਹੁਤ ਤਕੜੇ ਘਰ ਦੀ ਕੁੜੀ ਨਾਲ ਗੱਲਾਂ ਮਾਰਦੇ ਫੋਨ 'ਤੇ ਉਹ ਮਤਲਬ ਨਜਾਇਜ਼ ਹੀ ਤਕੜਾ ਘਰ ਨਜਾਇਜ਼ ਦਾ ਮਤਲਬ ਨਜਾਇਜ਼ ਅਤੇ ਉਹ ਕੁੜੀ ਜਮਾਂ ਪਾਗਲ ਸੀ ਉਹਨੂੰ ਕਹਿੰਦਾ ਯਾਰ ਮੇਰੇ ਫੋਨ ਦੀ ਸਟਰੀਕ ਸਕਰੀਨ ਟੁੱਟ ਗਈ ਮੈਨੂੰ ਪੈਸੇ ਚਾਹੀਦੇ ਕਹਿੰਦੇ ਕਿੰਨੀ ਕਹਿੰਦੇ 10,000 ਰੁਪਈਆ ਦੇ ਦੇ ਮੈਨੂੰ ਉਹ ਕਹਿੰਦੀ 10,000 ਦਾ ਭਲਿਆਂ ਵੇਲੇ ਦੀ ਗੱਲ ਆ ਇਹ ਤੋਂ 8 ਸਾਲ ਪਹਿਲਾਂ ਦੀ 10,000 ਦਾ ਫੋਨ ਨਵਾਂ ਹੁਣ ਵੀ ਆ ਜਾਂਦਾ 10,000 ਦਾ ਫੋਨ ਵਧੀਆ ਨਵਾਂ ਉਦੋਂ ਤੋਂ ਵਾਧੂ ਆ ਜਾਂਦੇ ਸੀਗੇ ਕਹਿੰਦੀ 10,000 ਦਾ ਫੋਨ ਨਵਾਂ ਆਜੋ ਕਹਿੰਦਾ ਨਹੀਂ ਨਹੀਂ ਮੇਰੇ ਕੋਲ ਮਹਿੰਗਾ ਫੋਨ ਉਹਦੀ 10,000 ਦੀ ਪੈਣੀ ਹੈ ਸਕਰੀਨ ਪੈਣੀ ਸੀ 600 ਦੀ ਇਕੱਲਾ ਉੱਪਰਲਾ ਸ਼ੀਸ਼ਾ ਟੁੱਟਿਆ ਸੀ ਸੈਮਸੰਗ ਦਾ ਪਤਾ ਨਹੀਂ ਕਿਹੜਾ ਸੀਗਾ ਪਤਾ ਨਹੀਂ ਕਿਹੜਾ ਫੋਨ ਸੀ ਮੈਨੂੰ ਯਾਦ ਨਹੀਂ J7 ਸੀ ਸ਼ਾਇਦ ਅਤੇ ਸਕਰੀਨ ਟੁੱਟੀ ਸੀ ਉੱਪਰਲੇ ਇਕੱਲਾ ਸ਼ੀਸ਼ਾ ਟੁੱਟਿਆ ਸੀ ਗਾਰਡ ਸਕਰੀਨ ਨਹੀਂ ਉੱਪਰ ਸਕਰੀਨ ਦੇ ਉੱਪਰਲਾ ਇਕੱਲਾ ਸ਼ੀਸ਼ਾ 600 ਦਾ ਪੈਣਾ ਸੀ ਅਤੇ ਉਹ ਕੁੜੀ ਨੇ ਲਿਆ ਕੇ ਉਹਨੂੰ 6,000 ਰੁਪਈਆ ਫੜਾ ਤਾ ਕਹਿੰਦਾ ਮੈਂ 10 ਮੰਗਿਆ ਸੀ ਕਹਿੰਦੀ ਘਰੋਂ ਤਾਂ ਮੈਂ 13 ਹੀ ਲੈ ਕੇ ਆਈ ਸੀ ਬਾਕੀ ਮੇਰੇ ਇੱਕ ਹੋਰ ਫਰੈਂਡ ਨੇ ਮੰਗੇ ਸੀ ਮੈਂ ਉਹਨੂੰ ਦੇ ਤੇ ਮੈਂ ਖੋਤੇ ਰੋਪਲ ਹੋ ਜਿਹਾ ਇਹੋ ਜਿਹੇ ਵੀ ਲੋਕ ਆ ਦੁਨੀਆ 'ਚ 13,000 ਰੁਪਈਆ ਬੇੜਾ ਹੀ ਬੈਠਾ ਹੋਇਆ ਦੁਨੀਆ ਦੇ ਉਹ ਕੁੜੀ ਨੇ ਬਹੁਤ ਪੈਸੇ ਖਵਾਏ ਲੋਕਾਂ ਨੂੰ ਦੋਸਤ ਸੀ ਉਹਨਾਂ ਦੀ ਗਲਤ ਨਹੀਂ ਸੀ ਕੁਛ ਵੀ ਇੱਦਾਂ ਬਸ ਯਾਰੀ ਦੋਸਤੀ 'ਚ ਪੈਸੇ ਖਾਂਦੇ ਸੀ ਉਹਦੇ ਕੋਲ ਗੱਲ ਬੋਤਲ ਦੀ ਪੱਪੀਆਂ ਕਰੀ ਜਾਂਦਾ ਉਹ ਸੋਰੀ ਬੋਲਦੇ ਕਾਜਲ ਪੱਪੀਆਂ ਨਾ ਕਰ ਪੰਗੂ ਤੈਨੂੰ ਪਤਾ ਫਿਰ ਕੀ ਬੋਰ ਕਰੀ ਜਾਂਦੇ ਆ ਯਾਰ ਕੁਛ ਹੈਗਾ ਕੱਢਣ ਪਾਨੂ ਕੇ ਨਹੀਂ ਬਸ ਲਾਓ ਮੈਂ ਐਸੀ ਨੀ ਖਾਤੀ ਮੇਰੇ ਕੋਲ ਸ਼ੁਰੂ ਸੇ ਆਦਤ ਹੈ ਕਿਸੀ ਕੇ ਹੱਥ ਕੀ ਖਾਲਾ ਚਪ ਕਰਕੇ ਚੱਕ ਕੇ ਪਰ ਇੱਕ ਗੱਲ ਦੋਸਤ ਪੰਗੂ ਤੇ ਮਿੰਕ ਦੀ ਹੋਈ ਹੈ ਨਾ ਤਾਂ ਪੰਗੂ ਨਹੀਂ ਬਹਿੰਦੀ ਹੈ ਨਾ ਮਿੰਕ ਨਹੀਂ ਬਹਿੰਦੀ ਵਿਚਾਲੇ ਬੈਠੇ ਕਿ ਕੱਲ੍ਹ ਚੱਲ ਕਾਇਲ ਘਰੇ ਅਸੀਂ ਨਹੀਂ ਪਾਣੀ ਕੱਲ੍ਹ ਤੋਂ ਤੇਰੇ ਨਾਲ ਸਾਰੇ ਨੇ ਹੋਰ ਕਰ ਲਓ ਆਰਡਰ ਤੂੰ ਸਟਰੀਕਾਂ ਬਣਾਈ ਜਾ ਆਰਡਰ ਕਰ ਲੈ ਕੁਛ ਹੋਰ ਹੁਣ ਆਰਡਰ ਕਰ ਲਓ ਮੈਂ ਕੁਛ ਕਰ ਲਓ ਕੀ ਆਰਡਰ ਕਰਨਾ ਦੱਸੋ ਕੋਈ ਪੀਣ ਪੂਣ ਵਾਲੀ ਚੀਜ਼ ਮੋਇਤੋ ਵਗੈਰਾ ਲਾਸਟ ਬੋਲਾਂ ਰਹਿ ਗਈਆਂ ਲਾਸਟ ਦੋ ਉਹ ਭਰਾਵਾ ਬਾਏ ਐਵੇਂ ਨਾ ਭੁਰੀ ਜਾਇਆ ਕਰ ਗਾਂ ਕੁਛ ਹੈਗਾ ਕੱਢਣ ਪਾਉਣ ਨੂੰ ਕਿ ਨਹੀਂ ਹੈਗਾ ਵਲੋਗ 'ਚ ਇੱਕ ਤਾਂ ਕਾਜਲ ਨਾਲ ਇੰਜੋਏ ਬਹੁਤ ਕਰਦੇ ਆ ਇਹ ਫਰੈਂਡਸ ਗਾਇਸ ਵੀ ਆਰ ਓਨਲੀ ਫਰੈਂਡਸ ਚੱਲ ਕਦੇ ਰਮੈਟਲੀ ਕਦੇ ਮੋਂਜੋ ਕਦੇ ਕੁਛ ਕਦੇ ਸ਼ੀਨ ਕਦੇ ਪਤਾ ਨਹੀਂ ਕੀ ਹੀ ਹੈ ਜਾਰਾ ਸ਼ਰਾਰਾ ਰੰਗ ਰਾਰਾ ਚੱਲ ਖਾਣ ਪੀਣ 'ਤੇ ਲੱਗ ਗਿਆ ਉਦੋਂ ਬਾਅਦ ਵੇਖੀ ਜਾਂਦਾ ਮੈਂ ਖੇਡਾਂ ਖਾਡੀ ਬੈਟ ਬੋਲ ਖੇਡਿਆ ਲੈਟਰਾਂ ਬੈਟਰਮ ਕੁਛ ਨਹੀਂ ਗਾ ਕਾਜਲ ਨੇ ਬੈਟ ਬੋਲ ਬਾਏ ਚਲੋ ਲਾਸਟ 'ਤੇ ਕਾਜਲ ਨੇ ਬੈਟ ਬੋਲ ਖੇਡਿਆ ਸੋ ਬਾਏ ਸਬਸਕ੍ਰਾਈਬ ਕਰਦੇ ਚੈਨਲ ਨੂੰ ਬਾਕੀ ਮੈਂ ਤੇਰੇ ਨਾਮ ਦਾ ਦੀਵਾ ਬਾਲਾਂਗੀ ਹੱਥ 'ਤੇ ਤੂੰ ਆਪਦੇ ਆਪ ਨੂੰ ਅੱਗ ਲਾ ਲਾ ਮੇਰੇ ਨਾਂ 'ਤੇ ਸੋ ਬਾਏ ਸਬਸਕ੍ਰਾਈਬ ਕਰਦੇ ਚੈਨਲ ਨੂੰ ਇੰਸਟਾ ਸਨੈਪਚੈਟ 'ਤੇ ਫੋਲੋ ਕਰ ਲਿਓ ਅਤੇ ਬਾਏ ਐਂਡ ਟੇਕ ਕੇਅਰ ਹਾਂ ਫਿਰ ਗਾਇਜ਼ ਕਈ ਹੁੰਦੇ ਇੱਦਾਂ ਦੀ ਮੁੱਛਾਂ ਹੁੰਦੀਆਂ ਅਤੇ ਐਂ ਵੱਟ ਦਈ ਹਨ ਗਿਆਨੀ ਦੇ ਬਾਏ ਕੈਜਲ ਹੈ ਗਈ ਕੈਜਲ ਚੱਲੀ ਪਹਿਲਾਂ ਪਾਇਆ ਕਰ ਸੀਨ ਜਿਹੜੇ ਪਾਣੇ ਹੁੰਦੇ ਬਾਅਦ 'ਚ ਬੋਰ ਕਰਨ ਲੱਗ ਜਾਂਦਾ ਕੀ ਸੀ ਇਹਦੇ 'ਚ ਮੌਲ ਜਿਹੇ 'ਚ ਖੇਡੀ ਜਾਂਦੇ ਆ ਬਸ ਲੈ ਕਾਜਲ ਤੂੰ ਚੱਲਣੀ ਵਾਰੀ ਨਹੀਂ ਚੱਲਣੀ ਜਾ ਤੂੰ ਪੰਗੂ ਕੋਲ ਬਹਿ ਜਾ ਕੇ ਮੈਂ